तो पंजाबी यूनिवर्सिटी पटियाला के विद्यार्थियों के लिए एक बार फिर तो चैनल के ऊपर एक वीडियो अपडेट लेके आए हैं। जिवें कि स्क्रीन के ऊपर तुम देख रहे हो कि पंजाबी यूनिवर्सिटी पटियाला का मैं नोटिस पोर्टल ओपन कर रखा है। इस दे विच ड्रग अब्यूज ते ईवीएस के पेपरों के संबंधी एक इंपोर्टेंट नोटिस जिहड़ा यूनिवर्सिटी ने अपलोड किया है। जेकर तुम इस नोटिस नूं क्लिक करके देखते हो तो नोटिस जिहड़ा है कंट्रोलर प्रीख्यावां दफ्तर वालों जारी किया गया है, क्योंकि पिछले समय के जिहड़े विद्यार्थी सी उन्हां दा ड्रग अब्यूज ते ईवीएस करके डिग्री रुकी हुई सी। सो यूनिवर्सिटी ने एक नवा डिसीजन लिता है के मई 2023 ਤੋਂ ਯਾਨੀ ਕਿ ਅਗਲੇ ਸਾਲ ਤੋਂ ਡਰੱਗ ਅਬਿਊਜ਼ ਦਾ ਜਿਹੜਾ ਪੇਪਰ ਹੈ ਦੂਜੇ ਸਮੈਸਟਰ ਦੇ ਨਾਲ ਹੋਵੇਗਾ, ਔਰ ਜਿਹੜਾ ਈਵੀਐਸ ਦਾ ਪੇਪਰ ਹੈ ਉਹ ਚੌਥੇ ਸਮੈਸਟਰ ਦੇ ਵਿੱਚ ਐਜ਼ ਅ ਕੰਪਲਸਰੀ ਸਬਜੈਕਟ ਹੋਵੇਗਾ। ਯਾਨੀ ਕਿ ਹੁਣ ਤੋਂ ਡਰੱਗ ਅਬਿਊਜ਼ ਅਤੇ ਈਵੀਐਸ ਦੂਜੇ ਅਤੇ ਚੌਥੇ ਸਮੈਸਟਰ ਦੇ ਵਿੱਚ ਐਜ਼ ਅ ਕੰਪਲਸਰੀ ਇੰਗਲਿਸ਼ ਪੰਜਾਬੀ ਦੀ ਤਰ੍ਹਾਂ ਤੁਹਾਡੇ ਪੇਪਰ ਲਏ ਜਾਣਗੇ। ਜਿੰਨੇ ਵੀ ਰੀਪੀਅਰ ਵਿਦਿਆਰਥੀ ਨੇ ਉਹਨਾਂ ਨੇ ਵੀ ਆਪਣਾ ਡਰੱਗ ਅਬਿਊਜ਼ ਦਾ ਪੇਪਰ ਦੂਜੇ ਅਤੇ ਈਵੀਐਸ ਦਾ ਪੇਪਰ ਜਿਹੜਾ ਚੌਥੇ ਸਮੈਸਟਰ ਦੇ ਵਿੱਚ ਭਰਨਾ ਹੈ। ਸੋ ਇਸ ਤੋਂ ਬਾਅਦ ਵਿਦਿਆਰਥੀਆਂ ਲਈ ਇਹ ਵੀ ਅਪਡੇਟ ਲੈ ਕੇ ਆਇਆ ਕਿ ਕੁਆਲੀਫਾਈਂਗ ਪੇਪਰ ਜਿਹੜੇ ਪਿਛਲੇ ਸੀ ਉਹਨਾਂ ਨੂੰ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਅਸੀਂ ਕੰਸੀਡਰ ਕਰ ਰਹੇ ਹਾਂ ਕਿ ਅਲੱਗ ਤੋਂ ਇੱਕ ਮੌਕਾ ਦਿੱਤਾ ਜਾਵੇ ਜਿਸ ਦੇ ਵਿੱਚ ਡਰੱਗ ਅਬਿਊਜ਼ ਅਤੇ ਈਵੀਐਸ ਦਾ ਪੇਪਰ ਵਿਦਿਆਰਥੀ ਪਾਸ ਕਰ ਸਕਣ। ਸੋ ਇਸ ਲਈ ਦਸੰਬਰ 2022 ਦੇ ਜਿੰਨੇ ਵੀ ਔਡ ਸਮੈਸਟਰ ਦੇ ਪੇਪਰ ਯਾਨੀ ਕਿ ਪਹਿਲਾ, ਤੀਜਾ, ਪੰਜਵਾਂ, ਸੱਤਵਾਂ, ਇਹਨਾਂ ਦੇ ਫਾਰਮਾਂ ਵਿੱਚ ਡਰੱਗ ਅਬਿਊਜ਼ ਦਾ ਪੇਪਰ ਅਤੇ ਈਵੀਐਸ ਦਾ ਪੇਪਰ ਨਹੀਂ ਭਰਨਾ। ਸੋ ਵਿਦਿਆਰਥੀ ਜਿਹੜੇ ਨੇ ਨੋਟ ਕਰ ਲੈਣ, ਈਵੀਐਸ ਦਾ ਪੇਪਰ ਬਹੁਤ ਸਾਰੇ ਵਿਦਿਆਰਥੀ ਭਰਨ ਨੂੰ ਫਿਰ ਦੇਖ ਰਹੇ ਸੀ ਕਿ ਇਸ ਵਾਰ ਅਸੀਂ ਈਵੀਐਸ ਦਾ ਪੇਪਰ ਭਰ ਕੇ ਪੇਪਰ ਦੇ ਦਾਂਗੇ, ਪਰ ਯੂਨੀਵਰਸਿਟੀ ਨੇ ਸਪੈਸ਼ਲ ਨੋਟਿਸ ਕੱਢਿਆ ਹੈ ਕਿ ਈਵੀਐਸ ਅਤੇ ਡਰੱਗ ਅਬਿਊਜ਼ ਦਾ ਪੇਪਰ ਤੁਸੀਂ ਇਸ ਵਾਰ ਨਹੀਂ ਭਰਨਾ, ਪੇਪਰ ਹੈ ਇਹ ਦੂਜੇ ਅਤੇ ਚੌਥੇ ਸਮੈਸਟਰ ਦੇ ਵਿੱਚ ਹੀ ਭਰਿਆ ਜਾਏਗਾ। ਸੋ ਇਹ ਬਹੁਤ ਇੰਪੋਰਟੈਂਟ ਅਪਡੇਟ ਜਿਹੜੀ ਵਿਦਿਆਰਥੀਆਂ ਨੂੰ ਦੱਸਣੀ ਜ਼ਰੂਰੀ ਸੀ ਕਿ ਈਵੀਐਸ ਅਤੇ ਡਰੱਗ ਅਬਿਊਜ਼ ਦਾ ਪੇਪਰ ਹੁਣ ਈਵਨ ਸਮੈਸਟਰ ਦੇ ਜਿਹੜਾ ਟਾਈਮ ਹੈ ਉਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਸੋ ਅੱਜ ਦੀ ਅਪਡੇਟ ਦੇ ਵਿੱਚ ਇੰਨਾ ਹੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਜ਼ਰੂਰ ਕਰਿਓ। ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।